ਹੈਲੋ ਮਿਸਟਰ ਇਮਰਾਨ, ਕੀ ਹਾਲ ਆ ਭਲਵਾਨ? ਚੰਗਾ ਬੈਠੋ। ਐ ਜੋਸਫ ਮਾਨਾ, ਹੈਲੋ। ਮੈਨੂੰ ਕਹਿੰਦੇ ਇਮਰਾਨ ਤਬਦੀਲੀ ਵਾਲਾ। ਐ ਮਾਈਕਲ ਉਰਫ ਪੇਜੀ, ਕੀ ਹਾਲ ਬਈ? ਤੁਹਾਡੀ ਤਸ਼ਰੀਫ ਆਵਰੀ ਦਾ ਸ਼ੁਕਰੀਆ। ਬਾਕੀ ਖਾਣਾ ਪੀਣਾ ਤੁਸੀਂ ਉਹ ਹੀ ਆ ਜਿਹੜਾ ਤੁਸੀਂ ਆਪਣੇ ਨਾਲ ਘਰੋਂ ਲੈ ਕੇ ਆਏ ਜੇ, ਕਿਉਂਕਿ ਅਸੀਂ ਗੌਰਮੈਂਟ ਦਾ ਅੱਜ ਕੱਲ ਖਰਚਾ ਘਟਾ ਰਹੇ। ਚਲੋ ਪਾਣੀ ਮੰਗਾ ਲੋ। ਸੋਰੀ ਜਨਾਬ, ਪਾਣੀ ਦੀ ਸਾਡੇ ਮੁਲਕ ਚ ਪਹਿਲੇ ਬਹੁਤ ਕਿੱਲਤ ਆ, ਅਸੀਂ ਡੈਮ ਬਣਾਉਣਾ ਉਹਦੇ ਵਾਸਤੇ ਪੂਰਾ ਹੀ ਨਹੀਂ ਹੋਣ ਦੇ। ਕੋਈ ਗੱਲ ਨਹੀਂ, ਬਾਹਰ ਜੂਸ ਮੰਗਾ ਲੋ ਫਿਰ। ਦਿਓ ਫਿਰ ਮੁੰਡੇ ਨੂੰ ਪੈਸੇ ਲਿਆਵੇ। ਥੋਬਾ ਬਈ ਥੋਬਾ, ਪਤਾ ਨਹੀਂ ਕਿੱਦਾਂ ਦਾ ਵਜ਼ੀਰ ਆਜ਼ਮ ਆ ਗਿਆ ਪਾਕਿਸਤਾਨ ਵਿੱਚ। ਅਸੀਂ ਪਹਿਲੇ ਜਾਣਾ ਤੇ ਜਹਾਜ਼ ਤੋਂ ਉਤਰਦੇ ਰੈੱਡ ਕਾਰਪੇਟ ਵਿਛਿਆ ਹੁੰਦਾ ਸੀ। ਇਸ ਦਫਾ ਮੇਰੇ ਬੂਟਾਂ ਤੇ ਮੇਰੇ ਮੂੰਹ ਨਾਲੋਂ ਮੋਟੀ ਮਿੱਟੀ ਚੜ ਗਈ। ਨਾ ਉੱਥੇ ਕਲੀਨ, ਨਾ ਕਾਰਪੇਟ, ਮੈਂ ਉੱਥੇ ਆਪਣਾ ਸਿਰ ਲਿਆ ਪਿੱਟ, ਔਰ ਨਾ ਉੱਥੇ ਕਿਸੇ ਨੇ ਰੋਟੀ ਦਾ ਪੁੱਛਿਆ, ਨਾ ਪਾਣੀ ਦਾ ਪੁੱਛਿਆ। ਨੂਨ ਲੀਗ ਦੀ ਹਕੂਮਤ ਚ ਅਸੀਂ ਪਾਕਿਸਤਾਨ ਜਾਣਾ ਤੇ ਕਦੀ ਸਾਡੇ ਵਾਸਤੇ ਕੇਲੇ ਖੀਮਾ ਪੱਕਾ ਹੋਣਾ, ਔਰ ਕਦੀ ਕਦੀ ਕਰੇਲੇ ਬਿਸਕੁਟ ਪਕਾਏ ਹੁੰਦੇ ਸੀ, ਏਡਾ ਮਜ਼ਾ ਹੁੰਦਾ ਸੀ। ਮਗਰ ਇਮਰਾਨ ਖਾਨ ਦੇ ਆਉਂਦਿਆਂ ਤੇ ਸਾਨੂੰ ਖੁਦ ਹੀ ਉੱਥੇ ਆਲੂ ਆਂਡੇ ਪਕਾ ਕੇ ਤੇ ਖਾਣੇ ਪਏ। ਵੈਰੀ ਸੈਡ। ਮੈਂ ਬਾਥਰੂਮ ਗਿਆ, ਬਾਹਰ ਆਇਆ ਕਿ ਬੰਦੇ ਨੇ ਮੇਰੇ ਕੋਲ 10 ਰੁਪਏ ਲੈ ਲਿਆ। ਕਿਉਂ ਕਹਿੰਦਾ ਛੋਟਾ ਕੀਤਾ ਕਿ ਵੱਡਾ, ਮੈਨੂੰ ਸਮਝ ਨਹੀਂ ਆਇਆ। ਮੈਂ ਕਿਹਾ ਦੋਨੋਂ ਕੀਤੇ, ਉਹਨੇ 10 ਹੋਰ ਲੈ ਲਏ। ਮੈਂ ਇਮਰਾਨ ਸਾਹਿਬ ਨੂੰ ਕਿਹਾ, ਸੁਣਿਆ ਤੁਹਾਡੀ ਇੱਥੇ ਨਿਹਾਰੀ ਬੜੀ ਮਸ਼ਹੂਰ ਹੈ। ਕਹਿੰਦੇ ਨਹੀਂ ਨਹੀਂ, ਇੱਥੇ ਸਬਰ ਮਸ਼ਹੂਰ ਹੈ, ਤੇ ਤੁਸੀਂ ਵੀ ਸਬਰ ਹੀ ਕਰੋ। ਆਉਣ ਲੱਗੇ, ਇਹਨਾਂ ਨੇ ਸਾਨੂੰ ਚਿੰਗ ਚੀ ਮਗਾਤਾ, ਉਹ ਸਾਨੂੰ ਏਅਰਪੋਰਟ ਤੇ ਲੈ ਗਿਆ। ਉੱਥੇ ਜਾ ਕੇ ਉਹਨੇ ਜਨਾਬ ਸਾਡੇ ਕੋਲ ਕਿਰਾਇਆ ਮੰਗ ਲਿਆ। ਮੈਂ ਇਮਰਾਨ ਖਾਨ ਸਾਹਿਬ ਨੂੰ ਫੋਨ ਕੀਤਾ, ਉਹਨਾਂ ਨੇ ਅੱਗੋਂ ਨੰਬਰ ਹੀ ਬੰਦ ਕਰਤਾ। ਮੈਂ ਫਿਰ ਤੰਦੂਰ ਤੋਂ ਡਾਲਰ ਦੀ ਭਾਨ ਲੈ ਕੇ ਪੈਸੇ ਦਿੱਤੇ। ਮੈਂ ਤੇ ਇਹ ਕਹਿਣ ਤੇ ਮਜਬੂਰ ਹੋ ਗਿਆ, ਇਹੋ ਜਿਹਾ ਦੌਰਾ ਕਰਨ ਤੋਂ ਪਹਿਲੇ ਮੈਨੂੰ ਦੌਰਾ ਪੈ ਜਾਂਦਾ। ਬਲਕਿ ਮੈਂ ਆਉਣ ਲੱਗੇ, ਇਮਰਾਨ ਖਾਨ ਦੀ ਜੇਬੀ ਚ 500 ਵੀ ਪਾਇਆ ਤੇ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਰਹਿਣ ਦਿਓ ਭਾਜੀ।